व्यक्ति तो 4 ग्राम हीरोइन बरामद हुई है ते दो जिहड़े हैगे नशा करन वाले व्यक्तियों नूं काबू किया गया। इस सर्च अभियान का मुख्य मकसद जिहड़ा हैगा लोकां दे विच पुलिस प्रति विश्वास पैदा करना। फरीदकोट पुलिस वालों अज नशे के खिलाफ शुरू की गई मुहिम तहत सर्च अभियान जिहड़ा चलाया गया। दस दी इस लहर तहत SSP हरजीत सिंह वालों अगवाही दे विच वख-वख टीमां बना के उन्हां दा गठन किया गया, फिर छापेमारी की गई। दस्या जा रहा है कि इस दौरान शक्की व्यक्तियों जिहड़ा घरों चक्या गया। उत्थे दस्या जा रहा है कि वख-वख थावां ते जिहड़ा चैकिंग भी हले भी जारी है। उत्थे दस्या जा रहा है कि कुछ शक्की लोगों जिहड़ा घरों तों काबू किया गया, जिन्हां दे कोलों पुछगिछ जारी की गई। उत्थे दस दिए कि इस तों पहलां भी पुलिस प्रशासन वालों नशे नूं खत्म करन लई टीमां दा गठन किया गया सी, फिर कई इलाकें दे विच जिहड़ा छापामारी भी की गई सी। पंजाब दे विच नशे दे नौजवान पीढ़ी दा जिहड़ा भविख खराब कर दिता। आए दिन हजारां लोगों दे नशे दे कारण जान जा रही है। पुलिस ने की कुछ किया, सुनो। ਇਹ ਸਰਚ ਅਭਿਆਨ ਜਿਹੜਾ ਹੈਗਾ, ਅਸੀਂ ਜਿਹੜੀਆਂ ਮਾੜੇ ਮੁਹੱਲੇ ਨੇ ਜਿੱਥੇ ਕਿ ਨਸ਼ਾ ਵੇਚਣ ਦੀ ਸਾਨੂੰ ਲਗਾਤਾਰ ਸ਼ਿਕਾਇਤ ਆਉਂਦੀ ਰਹਿੰਦੀ ਹੈ, ਉਹਨਾਂ ਮੁਹੱਲਿਆਂ ਦੇ ਵਿੱਚ ਰੈਗੂਲਰ ਸਾਡੇ ਵੱਲੋਂ ਸਰਚ ਅਭਿਆਨ ਕੀਤਾ ਜਾਂਦਾ ਹੈ। ਅੱਜ ਵਾਲਾ ਸਰਚ ਅਭਿਆਨ ਜਿਹੜਾ ਹੈਗਾ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਪਹਿਲਾ ਸਰਚ ਅਭਿਆਨ ਸੀਗਾ। ਇਹਦੇ 'ਚ ਹੁਣ ਤੱਕ ਜਿਹੜੀ ਹੈਗੀ 1 ਵਿਅਕਤੀ ਤੋਂ 4 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਅਤੇ ਇਹ ਦੋ ਜਿਹੜੇ ਹੈਗੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਅੱਜ ਫਰੀਦਕੋਟ ਸ਼ਹਿਰ ਦੇ ਵਿੱਚ ਬਾਜੀਗਰ ਬਸਤੀ, ਅੰਬੇਦਕਰ ਨਗਰ ਅਤੇ ਭੋਲੂਵਾਲਾ ਰੋਡ ਦੇ ਉੱਪਰ ਸੰਜੇ ਨਗਰ ਬਸਤੀ ਦੇ ਵਿੱਚ ਜਿਹੜਾ ਹੈਗਾ ਸਾਡੇ ਵੱਲੋਂ ਸਰਚ ਕੀਤਾ ਗਿਆ। ਇਸ ਸਰਚ ਅਭਿਆਨ ਦਾ ਮੁੱਖ ਮਕਸਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ, ਤਾਂ ਕਿ ਉਹ ਪੁਲਿਸ ਨੂੰ ਸਮੇਂ ਸਿਰ ਅਤੇ ਖੁੱਲ੍ਹ ਕੇ ਜਾਣਕਾਰੀ ਦੇ ਸਕਣ। ਸਰ, ਕੋਈ ਬੈਡ ਐਲੀਮੈਂਟਸ ਦੀਆਂ ਜਿਹੜੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ, ਉਹਨਾਂ ਦੇ ਘਰਾਂ 'ਤੇ ਅੱਜ ਰੇਡ ਵੀ ਕੀਤੀ ਗਈ, ਉਹਨਾਂ ਦੇ ਘਰਾਂ ਦੀ ਸਰਚ ਵੀ ਕੀਤੀ ਗਈ ਆ, ਉਹਨਾਂ ਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਆ? ਇਹ ਜਿਹੜੀਆਂ ਲਿਸਟਾਂ ਜਾਂ ਸਾਡੇ ਵੱਲੋਂ ਜਿਹੜਾ ਹੈਗਾ ਸਪੈਸ਼ਲ ਬ੍ਰਾਂਚ ਰਾਹੀਂ ਜਿਹੜੇ ਵਿਅਕਤੀ ਨਸ਼ਾ ਵੇਚਦੇ ਨੇ ਜਾਂ ਗਲਤ ਕੰਮਾਂ 'ਚ ਮਿਲੇ ਹੋਏ ਨੇ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸ਼ਨਾਖਤੀ ਜਿਹੜੀਆਂ ਹੈਗੀਆਂ ਲਿਸਟਾਂ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਅਤੇ ਉਹਨਾਂ 'ਤੇ ਅਸੀਂ ਸੀਕ੍ਰੈਟਲੀ ਜਿਹੜਾ ਹੈਗਾ ਰੇਡ ਕਰਦੇ ਹਾਂ। ਅਤੇ ਉਹਨਾਂ ਨੂੰ ਸਾਡੇ ਵੱਲੋਂ ਸਖਤ ਵਾਰਨਿੰਗ ਵੀ ਹੈ ਕਿ ਉਹ ਇਹ ਕੰਮ ਛੱਡ ਦੇਣ ਅਤੇ ਚੰਗੇ ਪਾਸੇ ਨੂੰ ਚੱਲਣ, ਤਾਂ ਕਿ ਸਮਾਜ ਨੂੰ ਚੰਗਾ ਜਿਹੜਾ ਹੈਗਾ ਸਮਾਜ ਬਣਾ ਕੇ ਉਹ ਸਾਡੇ ਨਾਲ ਯੋਗਦਾਨ ਦੇ ਸਕਣ। ਸਰ, ਇੰਨੀ ਸਖਤ ਰੇਡ ਮਾਰਨ ਦਾ ਕਿੰਨਾ ਅਸਰ ਹੁੰਦਾ? ਇਹਦੇ ਨਾਲ ਇੱਕ ਤਾਂ ਇਹ ਹੈਗਾ ਕਿ ਜਿਹੜੀ ਪੁਲਿਸ ਦੀ ਜਿਹੜੀ ਰੈਗੂਲਰ ਐਕਸਰਸਾਈਜ਼ ਹੈ, ਜਿਹੜੀ ਚੌਕੰਨਾ ਰਹਿਣ ਵਾਲੀ ਔਰ ਅਲਰਟ ਰਹਿਣ ਵਾਲੀ, ਉਹਦੇ 'ਚ ਸਾਨੂੰ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਪੈਦਾ ਹੁੰਦਾ ਕਿ ਉਹ ਕਿਸੇ ਵੀ ਵਕਤ ਪੁਲਿਸ ਨੂੰ ਜਿਹੜਾ ਹੈਗਾ ਇਨਫੋਰਮੇਸ਼ਨ ਦੇ ਕੇ ਅਤੇ ਪੁਲਿਸ ਤੋਂ ਜਿਹੜਾ ਹੈਗਾ ਰੇਡਸ ਵਗੈਰਾ ਕਰਵਾ ਸਕਦੇ ਨੇ ਅਤੇ ਉਹਨਾਂ ਦੀ ਇਨਫੋਰਮੇਸ਼ਨ ਵੀ ਸਾਡੇ ਵੱਲੋਂ ਗੁਪਤ ਰੱਖੀ ਜਾਂਦੀ ਹੈ। ਇਹ ਸਰਚ ਅਭਿਆਨ ਜਿਹੜਾ ਹੈਗਾ ਅਸੀਂ ਜਿਹੜੀਆਂ ਮਾੜੇ ਮੁਹੱਲੇ ਨੇ ਜਿੱਥੇ ਕਿ ਨਸ਼ਾ ਵੇਚਣ ਦੀ ਸਾਨੂੰ ਲਗਾਤਾਰ ਸ਼ਿਕਾਇਤ ਆਉਂਦੀ ਰਹਿੰਦੀ ਹੈ, ਉਹਨਾਂ ਮੁਹੱਲਿਆਂ ਦੇ ਵਿੱਚ ਰੈਗੂਲਰ ਸਾਡੇ ਵੱਲੋਂ ਸਰਚ ਅਭਿਆਨ ਕੀਤਾ ਜਾਂਦਾ ਹੈ। ਅੱਜ ਵਾਲਾ ਸਰਚ ਅਭਿਆਨ ਜਿਹੜਾ ਹੈਗਾ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਪਹਿਲਾ ਸਰਚ ਅਭਿਆਨ ਸੀਗਾ। ਇਹਦੇ 'ਚ ਹੁਣ ਤੱਕ ਜਿਹੜੀ ਹੈਗੀ 1 ਵਿਅਕਤੀ ਤੋਂ 4 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਅਤੇ ਇਹ ਦੋ ਜਿਹੜੇ ਹੈਗੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਅੱਜ ਫਰੀਦਕੋਟ ਸ਼ਹਿਰ ਦੇ ਵਿੱਚ ਬਾਜੀਗਰ ਬਸਤੀ, ਅੰਬੇਦਕਰ ਨਗਰ ਅਤੇ ਭੋਲੂਵਾਲਾ ਰੋਡ ਦੇ ਉੱਪਰ ਸੰਜੇ ਨਗਰ ਬਸਤੀ ਦੇ ਵਿੱਚ ਜਿਹੜਾ ਹੈਗਾ ਸਾਡੇ ਵੱਲੋਂ ਸਰਚ ਕੀਤਾ ਗਿਆ। ਇਸ ਸਰਚ ਅਭਿਆਨ ਦਾ ਮੁੱਖ ਮਕਸਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ, ਤਾਂ ਕਿ ਉਹ ਪੁਲਿਸ ਨੂੰ ਸਮੇਂ ਸਿਰ ਅਤੇ ਖੁੱਲ੍ਹ ਕੇ ਜਾਣਕਾਰੀ ਦੇ ਸਕਣ। ਸਰ, ਕੋਈ ਬੈਡ ਐਲੀਮੈਂਟਸ ਦੀਆਂ ਜਿਹੜੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ, ਉਹਨਾਂ ਦੇ ਘਰਾਂ 'ਤੇ ਅੱਜ ਰੇਡ ਵੀ ਕੀਤੀ ਗਈ, ਉਹਨਾਂ ਦੇ ਘਰਾਂ ਦੀ ਸਰਚ ਵੀ ਕੀਤੀ ਗਈ ਆ, ਉਹਨਾਂ ਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਆ? ਇਹ ਜਿਹੜੀਆਂ ਲਿਸਟਾਂ ਜਾਂ ਸਾਡੇ ਵੱਲੋਂ ਜਿਹੜਾ ਹੈਗਾ ਸਪੈਸ਼ਲ ਬ੍ਰਾਂਚ ਰਾਹੀਂ ਜਿਹੜੇ ਵਿਅਕਤੀ ਨਸ਼ਾ ਵੇਚਦੇ ਨੇ ਜਾਂ ਗਲਤ ਕੰਮਾਂ 'ਚ ਮਿਲੇ ਹੋਏ ਨੇ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਸ਼ਨਾਖਤੀ ਜਿਹੜੀਆਂ ਹੈਗੀਆਂ ਲਿਸਟਾਂ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਅਤੇ ਉਹਨਾਂ 'ਤੇ ਅਸੀਂ ਸੀਕ੍ਰੈਟਲੀ ਜਿਹੜਾ ਹੈਗਾ ਰੇਡ ਕਰਦੇ ਹਾਂ, ਅਤੇ ਉਹਨਾਂ ਨੂੰ ਸਾਡੇ ਵੱਲੋਂ ਸਖਤ ਵਾਰਨਿੰਗ ਵੀ ਹੈ ਕਿ ਉਹ ਇਹ ਕੰਮ ਛੱਡ ਦੇਣ ਅਤੇ ਚੰਗੇ ਪਾਸੇ ਨੂੰ ਚੱਲਣ, ਤਾਂ ਕਿ ਸਮਾਜ ਨੂੰ ਚੰਗਾ ਜਿਹੜਾ ਹੈਗਾ ਸਮਾਜ ਬਣਾ ਕੇ ਉਹ ਸਾਡੇ ਨਾਲ ਯੋਗਦਾਨ ਦੇ ਸਕਣ। ਸਰ, ਇੰਨੀ ਸਖਤ ਰੇਡ ਮਾਰਨ ਦਾ ਕਿੰਨਾ ਅਸਰ ਹੁੰਦਾ? ਇਹਦੇ ਨਾਲ ਇੱਕ ਤਾਂ ਇਹ ਹੈਗਾ ਕਿ ਜਿਹੜੀ ਪੁਲਿਸ ਦੀ ਜਿਹੜੀ ਰੈਗੂਲਰ ਐਕਸਰਸਾਈਜ਼ ਹੈ,
जिहड़ी चौकन्ना रहण वाली और अलर्ट रहण वाली उहदे च सानू मदद मिलदी है। इस तों इलावा लोकां दे विच वी विश्वास पैदा हुंदा कि उह किसे वी वक्त पुलिस नूं जिहड़ा हैगा इनफॉर्मेशन दे के ते पुलिस तों जिहड़ा हैगा रेड्स वगैरह करवा सकदे ने ते उहनां दी इनफॉर्मेशन वी साडे वल्लों गुप्त रखी जांदी है।